ਪਰ ਸਾਡੀ ਸਦੀਕ ਮੁਹੰਮਦ ਸਾਡੀ ਗੁਰਦੇ ਕਲਾਕਾਰ ਸਰਕਾਰਾਂ ਦਾ ਸੀਗਾ ਪਹਿਲਾਂ ਇਹਨਾਂ ਦੀ ਐਂਟਰੀ ਸਾਡੇ ਕਲਾਕਾਰਾਂ ਦੀ, ਉਸ ਤੋਂ ਬਾਅਦ ਸਾਡੇ ਕਲਾਕਾਰ ਦੋ ਤਿਆਰ ਹੋ ਰਹੇ ਨੇ ਕਿਉਂਕਿ ਅੱਜ ਰਸ਼ ਬਹੁਤ ਹੈ ਕੰਮ ਦਾ, ਸਾਰੇ ਕਲਾਕਾਰ ਕੰਮਾਂ ਤੋਂ ਆ ਰਹੇ ਨੇ ਕਿ ਸੱਚ ਬੋਲਣਾ ਠੀਕ ਹੈ ਤਾਂ ਝੂਠ ਝੂਠ ਹੀ ਹੁੰਦੇ ਸੱਚ ਸੱਚ ਬੋਲਿਆ ਜਾਂਦਾ ਵਧੀਆ ਔਰ ਕੋਈ ਕਿਤੇ ਕਿਹਾ ਕਿਤੇ ਕਿ ਹੁਣ ਕੰਮਾਂ ਤੋਂ ਆਏ ਨੇ ਸਾਰੇ ਹੌਲੀ ਹੌਲੀ ਸਾਰੇ ਲੰਗਰ ਪ੍ਰਵਾਹ ਦੀ ਵੱਧ ਜਾਣੀ ਹੈ ਦੋ ਕਲਾਕਾਰ ਨੇ ਉਹਨਾਂ ਦੀ ਐਂਟਰੀ ਜਿਹੜੀ ਕਿ ਹੋਣ ਜਾ ਰਹੀ ਹੈ ਔਰ ਸਭ ਤੋਂ ਪਹਿਲਾਂ ਇਹ ਪੰਜਾਬੀ ਵਿਸ਼ਵ ਅਕਾਲ ਪਾਰਟੀ ਦੀ ਬਿਹਤਰੀਨ ਅਦਾਕਾਰਾ ਮੈਡਮ ਰੀਤ ਪਾਰਟੀ ਦੇ ਅਦਾਕਾਰਾ ਔਰ ਅਭੀ ਐਂਟਰੀ ਲੈ ਕੇ ਆ ਰਹੀ ਹੈ ਪੰਜਾਬੀ ਵਿਸ਼ਵ ਅਕਾਲ ਪਾਰਟੀ ਦੀ ਬਿਹਤਰੀਨ ਅਦਾਕਾਰਾ ਮੈਡਮ ਗੋਰੀ ਸਰਕਾਰਾਂ ਦਾ ਜੋ ਕਿ ਗਾਇਨ ਕਰਨਗੇ ਉਸ ਤੋਂ ਬਾਅਦ ਕੁਝ ਨਗਰ ਔਰ ਚਿਤਰਹਾਰ ਐਟਮ ਖੜੇ ਰੂਬਰੂ ਕਰਾਂਗੇ ਕੁਝ ਪਾਕਿਸਤਾਨੀ ਐਂਟਰੀ ਕੁਝ ਇੰਡੀਅਨ ਪੰਜਾਬੀ ਕੁਝ ਪਾਕਿਸਤਾਨੀ ਪੰਜਾਬੀ ਪਰ ਇਸ ਤੋਂ ਪਹਿਲਾਂ ਸੇਰਾ ਸਦੀਕ ਮੁਹੰਮਦ ਜੀ Thank you.
जकारा ताता गुगा जहर मीर जी का फूल सच्चे दरबार की जय। पावन मुकद्दस दरबार बाबा इच्छाधारी जी, इस मुकद्दस पावन दरबार के गदिनशील हरविंदर सिंह जी बड़े साढ़े बहुत ही अधीन सत्कारयोग बाबा जी, उन्होंने चरणों में बेनती करूंगा कि तुम पंडाल में आओ। कहते हैं जब तक लाड़ा ना बैठा हो बरात भी चंगी लगती, और इस करके बेनती है कि तुम जरूर पहुंचो। पंडाल के अंदर नकलों का प्रोग्राम शुरू हो चुके है, सेरा गायन किया गया है। सो हूँ आप चित्रहार लेके आवेंगे, कुछ साढ़े कलाकार बिल्कुल तैयार हो रहे हैं, 5-7 मिनट के अंदर अंदर वो भी स्टेज आ जाएंगे। और हजे नु लिंक दस दो कि जी ये कि यूट्यूब चैनल है, सो आप अनाउंस करिए उस चैनल का, तुम यूट्यूब तो देख सकते हो यूट्यूब चैनल तो ये अज का लाइव टेलीकास्ट। हाँ जी, चित्रहार लैके आ रहे, पहला चित्रहार अज के प्रोग्राम का, ये डांस आइटम डांस कोरियोग्राफी लैके आ रही है पंजाबी विरसा अकाल पार्टी की बेहतरीन अदाकारा बेहतरीन कलाकार मैडम गुरी। Thank you.
ਵਾਹ ਜੀ ਵਾਹ, ਤਾੜੀਆਂ ਦਾ ਜ਼ੋਰਦਾਰ। ਸ਼ਾਹੇ ਗਿਲਾਨੀ ਮਾਤੇ ਖੈਰ ਮੰਗਦੀ ਨੂੰ, ਔਰ ਤੁਸੀਂ ਬਹੁਤ ਸਾਰਾ ਮਾਣ ਸਤਿਕਾਰ ਕੀਤਾ ਸਾਡੇ ਬਾਬਾ ਜੀ ਵੱਲੋਂ, ਬਹੁਤ ਸਾਰਾ ਮਾਣ ਸਤਿਕਾਰ ਆਇਆ, ਬਹੁਤ ਸਾਰਾ ਆਸ਼ੀਰਵਾਦ। ਮੈਂ ਤੇ ਅੱਜ ਮਸ਼ਕੂਰ ਹਾਂ, ਬੜੀ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਬਾਬਾ ਜੀ। ਕੱਲ੍ਹ ਤੁਹਾਡੇ ਟਰਾਂਸਪੋਰਟ ਹਾਲੇ ਸਟਾਫ ਨਹੀਂ ਹੈ, ਮੈਨੂੰ ਲੱਗਦਾ ਪਹੁੰਚਿਆ ਸਟਾਫ, ਹਾਲੇ ਅੱਧਾ ਕੁ ਸਟਾਫ ਪਹੁੰਚਿਆ, ਹਾਲੇ ਪੂਰਾ ਸਟਾਫ ਨਹੀਂ ਪਹੁੰਚਿਆ, ਅੱਧੇ ਤੋਂ ਜ਼ਿਆਦਾ ਪਹੁੰਚਿਆ, ਅੰਨੇ ਹਾਲੇ ਹੋਰ ਆਉਣੇ, ਇੰਨੇ ਕੁ ਤਾਂ ਆ ਗਿਆ। ਹਾਂਜੀ ਹਾਂਜੀ, ਖਾਣਾ ਖਾ ਰਿਹਾ, ਲੰਗਰ ਛੱਕ ਰਿਹਾ। ਹੁਣ ਦੇਖ ਲਓ ਤੁਸੀਂ, ਪੰਜਾਬੀ ਵਿਰਸਾ ਅਕਾਲ ਪਾਰਟੀ ਦੂਸਰੀ ਵਾਰ ਇਤਿਹਾਸ ਵੀ ਬਣਨ ਲੱਗੀ ਹੈ ਬਾਬਾ ਜੀ ਦੀ ਕਿਰਪਾ ਨਾਲ, ਇਹਨਾਂ ਦਾ ਆਸ਼ੀਰਵਾਦ ਸਾਡੇ ਉੱਪਰ, ਅਤੇ ਸਾਰਿਆਂ ਨੇ ਇਹ ਸਾਥ ਦੇਣਾ ਸਾਡਾ ਵੀ, ਸਾਰਿਆਂ ਰਲ ਮਿਲ ਕੇ ਆਪਾਂ ਇੱਥੇ ਪ੍ਰੋਗਰਾਮ ਕਰਨਾ ਹੈ। ਕਿਉਂ ਇਹ ਅਗਲੀ ਪੇਸ਼ਕਸ਼ ਪੰਜਾਬੀ ਵਿਰਸਾ ਅਕਾਲ ਪਾਰਟੀ ਦੀ ਜਿਹੜੀ ਕਿ ਲੈ ਕੇ ਆ ਰਹੀ ਹੈ, ਚਿੱਤਰਹਾਰ ਪੇਸ਼ਕਸ਼, ਡਾਂਸ ਪਰਫਾਰਮੈਂਸ, ਆਪ ਸਭ ਦੀ ਨਜ਼ਰ ਮੈਡਮ ਰੂਹਾਨੀ। ਕੋਈ ਕਿਸੇ ਤੋਂ ਪੁੱਛਣ ਲੱਗਾ ਕੈਸਾ ਭੇਸ ਵਟਾਇਆ, ਬੁੜੀਆਂ ਵਾਲੇ ਬਾਣੇ ਪਾਉਂਦਾ ਰੱਬ ਨੇ ਮਰਦ ਬਣਾਇਆ। ਭੇਸ ਭੇਸ ਮਿਟਾਉਣਾ, ਕਿਸੇ ਲਈ ਮਜ਼ਾਕ, ਕਿਸੇ ਲਈ ਹਾਸਾ, ਕਿਸੇ ਨੇ ਸੋਹਣੇ ਯਾਰ ਦੀ ਖਾਤਰ ਸਲਵਾਰਾਂ ਪਾ ਲਈਆਂ, ਕਿਸੇ ਨੇ ਸੋਹਣੇ ਸਾਈਆਂ ਦੀ ਖਾਤਰ ਇਹ ਪਹਿਰਾਵਾ ਪਹਿਨ ਲਿਆ। ਉਹ ਜਾਣਦੇ ਜਿਹਨਾਂ ਨੇ ਸੱਜਣਾਂ ਦੀ ਖਾਤਰ, ਯਾਰਾਂ ਦੀ ਖਾਤਰ, ਆਪਣੇ ਸਾਈਆਂ ਦੀ ਖਾਤਰ ਇਹ ਪਹਿਰਾਵੇ ਪਹਿਨੇ, ਉਹਨਾਂ ਨੂੰ ਪਤਾ ਇਹ ਪਹਿਰਾਵੇ ਦੀ ਕੀਮਤ ਕੀ ਹੈ। ਕੋਈ ਕਿਸੇ ਤੋਂ ਪੁੱਛਣ ਲੱਗਾ ਕੈਸਾ ਭੇਸ ਵਟਾਇਆ, ਬੁੜੀਆਂ ਵਾਲੇ ਬਾਣੇ ਪਾਉਂਦਾ ਰੱਬ ਨੇ ਮਰਦ ਬਣਾਇਆ। ਇੰਨੀ ਸੁਣ ਕੇ ਚੜਿਆ ਗੁੱਸਾ, ਅੱਗੇ ਉਹ ਸੱਚ ਫਰਮਾਇਆ, ਉਹ ਕੀਤਾ ਜੋ ਚੰਗਾ ਲੱਗਿਆ ਮੇਰੇ ਮਨ ਨੂੰ ਪਾਇਆ, ਉਹ ਪੈਰਾਂ ਦੇ ਵਿੱਚ ਗੁਰੂ ਪਾ ਕੇ ਮੱਥੇ ਤਿਲਕ ਲਗਾਇਆ, ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਮੱਥੇ ਤਿਲਕ ਲਗਾਇਆ, ਤੇ ਕੀ ਖੱਟੀਆਂ ਬੰਦਾ ਬਣ ਕੇ ਮੈਂ ਤਾਂ ਯਾਰ ਮਨਾਇਆ। ਕੀ ਲੈਣਾ ਦੁਨੀਆਦਾਰੀ ਦੇ ਕੋਲੋਂ, ਕੀ ਲੈਣਾ ਦੁਨੀਆ ਨੂੰ ਖੁਸ਼ ਕਰਨਾ, ਮੈਂ ਤਾਂ ਆਪਣੇ ਸਾਈਂ ਦੀ ਖਾਤਰ ਇਹ ਪਹਿਰਾਵਾ ਪਹਿਨੇ ਆ, ਜੇ ਸਾਈਂ ਮਿਲ ਜਾਵੇ ਤਾਂ ਸਾਰਾ ਕੁਝ ਹੀ ਬੰਦਾ ਪਾ ਦੇਣਾ। ਤੇਰੇ ਵਰਗੇ ਦੁਨੀਆ ਦੇ ਵਿੱਚ ਫਿਰਦੇ ਲੋਕ ਹਜ਼ਾਰਾਂ ਬੰਨ ਬੰਨ ਡਾਰਾ, ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਈਆਂ ਇਹ ਸਲਵਾਰਾਂ, ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਈਆਂ ਇਹ ਸਲਵਾਰਾਂ, ਇਹ ਸਲਵਾਰਾਂ ਤਦ ਕੋਈ ਪਾਉਂਦਾ ਜਦ ਵੀ ਮਿਲਦੀਆਂ ਹਾਰਾਂ, ਔਰਤ ਮਹੰਤ ਪਠਾਨ ਪਹਿਨਦੇ ਜਾਂ ਭਾਈਨਰ ਸਰਕਾਰਾਂ, ਜਾਗਦਿਆਂ ਵੀ ਤੱਕਦੇ ਨਹੀਂ, ਇੱਕ ਜਾਗਦਿਆਂ ਵੀ ਤੱਕਦੇ ਨਹੀਂ, ਕੀ ਖਬਰ ਹੋਣੀ ਇਹ ਸੁੱਤਿਆਂ ਨੂੰ, ਇਸ਼ਕ ਤੋਂ ਦਾ ਸਜਦੇ ਦਰ ਤੇ ਯਾਰ ਦੇ ਬੈਠੇ ਕੁੱਤਿਆਂ ਨੂੰ, ਉਹ ਜੁੱਤੀ ਯਾਰ ਦੀ ਤਾਜ ਸਮਝਣਾ ਮੜੀ ਤਲੇ ਦੀਆਂ ਤਾਰਾਂ ਦੇ, ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਸੱਜਣਾ ਪਾਈਆਂ।
ताड़ी लगे जी जोर दे नाल बहुत ही अच्छे तरीके दे नाल हाजरी दे के कहने इस क्लब दे हनहार कलाकार राज बड़े ने डूगे सजना पाइया इस दरबारा ते बहुत सारी बेतमा जी धन धन सरकार बाबा गुगड़िया पीर सच्ची सरकार जिन्हां दा सलाना और बड़ी ही शानो शौकत दे नाल मनाया जा रहा सो उन्हां दे नाम ते बहुत सारी बेतमा जी साडे अजीज वीरां वल्लों पैणा वल्लों मुटावा वल्लों बजुर्गां वल्लों सुहाजी अगली हाजरी बेहतरीन एंट्री दे नाल पेश करिए इस क्लब दे हनहार कलाकार सोहा जी बेहतरीन एंट्री दे नाल अगली हाजरी मनास अदाकार मैडम रीत जी आओ जी
ਤਾੜੀ ਲਾ ਦਿਓ ਜੀ ਜ਼ੋਰ ਦੇ ਨਾਲ। ਇੱਕ ਵਾਰ ਸਾਈਂ ਦਾ ਬਣਦੇ ਸਹੀ ਮੋਹ ਮੰਗੀਆਂ ਮੁਰਾਦਾਂ ਪਾਵੇਗਾ। ਬਹੁਤ ਹੀ ਅੱਛੇ ਤਰੀਕੇ ਦੇ ਨਾਲ ਹਾਜ਼ਰੀ ਦੇ ਕੇ ਗਏ ਨੇ ਸਵਾਲ ਜੀ। ਉਸ ਤੋਂ ਪਹਿਲਾਂ ਕੁਛ ਦਾਨੀ ਸੱਜਣਾ ਦੇ ਨਾਮ। ਹਾਂਜੀ, ਔਰ ਬਸਰ ਬੈਂਕ ਮਾਇਆ ਮਸਤਾ ਵਲੇ ਨਾ ਤੇ ਸੱਚੇ ਸਰਕਾਰਾਂ ਨਾਲ ਤੇ ਬਸਰ ਬੈਂਕ ਮੈਂ ਸਾਡੀ ਵੀਰ ਜੀ ਵੱਲੋਂ ਕਲਗੀਧਰ ਪਾਤਸ਼ਾਹ ਜੀ ਦੇ ਨਾਮ ਜੀ ਬਹੁਤ ਅੱਛੇ ਤਰੀਕੇ ਦੇ ਨਾਲ ਹਾਜ਼ਰੀ ਦਰ ਕੇ ਗਏ ਨੇ। ਸੋ ਅਗਲੀ ਹਾਜ਼ਰੀ ਪੇਸ਼ ਕਰਾਈ ਹੈ ਜੀ ਅਜ਼ੀਜ਼ ਵੀਰਾਂ ਦੀ, ਭਰਾਵਾਂ ਦੀ, ਸੇਵਾਦਾਰਾਂ ਦੀ ਫਰਮਾਇਸ਼ ਤੇ ਇਸ਼ਕ ਦਾ ਗਿੜਦਾ ਪੈਂਦਾ ਨਹੀਂ। ਸੋ ਬਹੁਤ ਅੱਛੇ ਤਰੀਕੇ ਦੇ ਨਾਲ ਮਨਾਸ ਅਦਾਕਾਰ ਸੁਹਾਜੀ ਗੁਰੀ ਜੀ ਇਸ਼ਕ ਦਾ ਗਿੜਦਾ Thank you.
ਤੂੰ ਕੋਈ ਆਸ਼ਕ ਨਹੀਂ ਬਣ ਜਾਂਦਾ ਕੋਈ ਆਸ਼ਕ ਨਹੀਂ ਬਣ ਜਾਂਦਾ ਉਹ ਕਰਜਿਆਂ ਦੇ ਲੜਕੇ ਹੱਥ ਟਾਂਗਾ ਛੋਟੇ ਫੜ ਕੇ ਕੋਈ ਆਸ਼ਕ ਨਹੀਂ ਬਣ ਜਾਂਦਾ ਆਸ਼ਕ ਦਾ ਕਰਤੂਰ ਸੁਣੀ ਜਿਹਨੂੰ ਮੁਰਸ਼ਿਦ ਵੇਖਿਆ ਹੱਜ ਹੋਵੇ ਸੋ ਬਹੁਤ ਅੱਛੇ ਤਰੀਕੇ ਦੇ ਨਾਲ ਨੱਚ ਕੇ ਹਾਜ਼ਰੀ ਦੇ ਕੇ ਗਏ ਨੇ ਸੋ ਹਾਂਜੀ ਅਗਲੀ ਹਾਜ਼ਰੀ ਬਿਹਤਰੀਨ ਐਂਟਰੀ ਦੇ ਨਾਲ ਨਾਜ਼ ਅਦਾਕਾਰ ਪੇਸ਼ ਕਰਾਈਏ ਜੀ ਰੂਹਾਨੀ ਜੀ ਔਰ ਸ਼ਿਵਾਨੀ ਜੀ ਸੋ ਬਹੁਤ ਅੱਛੇ ਤਰੀਕੇ ਦੇ ਨਾਲ ਹਾਜ਼ਰੀ ਦੇਣਗੇ ਜੀ ਮੈਨਾਸ ਅਦਾਕਾਰ ਰੂਹਾਨੀ ਜੀ ਸ਼ਿਵਾਨੀ ਜੀ ਸੂਟਾ ਓਏ ਤੂੰ ਖੁਸ਼ ਰਹਿ ਆ ਚੱਕ ਸੂਟਾ ਜੀ ਪ੍ਰਸ਼ਾਦ ਆ ਲੋ ਵੀ ਲੈ ਆਇਆ ਬਾਬਾ ਜੀ ਦਾ ਪ੍ਰਸ਼ਾਦ ਜਿ
ਬਾਬਿਆਂ ਦਾ ਪ੍ਰਸ਼ਾਦ ਖਾਦਾ? ਬਾਬਿਆਂ ਦਾ ਪ੍ਰਸ਼ਾਦ? ਗੱਲ ਸੁਣੋ, ਕਿਹੜੇ ਬਾਬਿਆਂ ਦਾ ਪ੍ਰਸ਼ਾਦ ਖਾਦਾ ਤੂੰ? ਹੈ ਸਾਰੀ ਦੁਨੀਆਂ ਚੁੰਮਣ ਲਾਤੀ ਚੰਦਰੇ ਸੂਟੇ ਨੇ। ਬਹੁਤ ਅੱਛੇ ਤਰੀਕੇ ਦੇ ਨਾਲ ਸਾਡੇ ਡਾਂਸ ਕਲਾਕਾਰ ਹਾਜ਼ਰੀ ਦੇ ਕੇ ਕਹਿੰਦੇ ਲਓ ਜੀ। ਅਗਲੀ ਗੱਲ ਸਾਡੇ ਸੋਦਾ ਸਾਹਿਬ ਸਪੀਕਰ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸਾਰਾ ਮਾਣ ਸਤਿਕਾਰ। ਜੋਤੀ ਨੂਰਾਂ ਜੀ ਦੇ ਨਾਮ ਤੇ ਬਹੁਤ ਸਾਰੇ ਵੀਰ ਕਰਾ ਕੇ ਗਏ ਨੇ ਸਾਡੇ ਵੀਰ। ਹਾਂਜੀ, ਮਾਨ ਸਾਹਿਬ ਦਾ ਗਾਣਾ ਕੱਢੋ, ਨੱਚੀ ਵੀ ਬਾਬਾ ਨੱਚੀ। ਹਾਂਜੀ, ਰੀਤ ਰੀਤ ਲੈ ਕੇ ਆਊਗਾ ਗਾਣਾ, ਇਹ ਸੌਂਗ ਤੇ ਡਾਂਸ ਕਰੇਗੀ ਮੈਡਮ ਰੀਤ। ਔਰ ਹਾਜ਼ਰੀ ਲਗਵਾ ਕੇ ਗਏ ਨੇ ਸਾਡੇ ਡਾਂਸਰਾਂ ਨਾਲ, ਕਲਗੀਧਰ ਟਰਾਂਸਪੋਰਟ ਦੇ ਸਾਰੇ ਅਪਲਾਈ ਸਟਾਫ ਦੇ ਮੈਂਬਰ, ਇਹ ਵੀ ਅੱਜ ਹਾਜ਼ਰੀ ਲਗਾ ਰਹੇ ਨੇ। ਸੋ ਹਾਂਜੀ, ਰੂਹਾਨੀ ਔਰ ਰੀਤ, ਤੁਹਾਡੀ ਫਰਮਾਇਸ਼। ਮੈਂ ਬੱਚਿਆਂ ਨੂੰ ਬੇਨਤੀ ਕਰੂੰਗਾ ਕਾਕਾ, ਤੁਸੀਂ ਥੋੜ੍ਹਾ ਪਿੱਛੇ ਪਿੱਛੇ ਹੋ ਜਾਓ, ਡਾਂਸ ਕਰਦੇ ਕੋਈ ਡਾਂਸਰ ਡੈਗ ਨਾ ਬੋਲੇ ਉੱਪਰ, ਤੁਹਾਡੇ ਸੱਟ ਲੱਗ ਜਾਣੀ, ਫਾਇਦਾ ਨਹੀਂ, ਕੋਈ ਵੀ ਡਰ ਲੱਗਦਾ। ਹਾਂਜੀ ਕਰੋ ਜੀ ਬ੍ਰੇਕ।
ਲਗਾਤਾਰ ਹਾਜ਼ਰੀਆਂ ਦੇਣਗੇ ਜੀ। ਸੋ ਅਗਲੀ ਹਾਜ਼ਰੀ ਬਿਹਤਰੀਨ ਐਂਟਰੀ ਨਾਲ
मनास अदाकार मैडम रूहानी जी बहुत अच्छे तरीके मनास मैडम रूहानी जी Yeah.
ਵਜਵਾਂ ਤਾੜੀ ਲਾ ਦਿਓ ਜੀ ਜ਼ੋਰ ਦੇ ਨਾਲ। ਸੁਬੋਧ ਅੱਛੇ ਤਰੀਕੇ ਦੇ ਨਾਲ ਹਾਜ਼ਰੀ ਦੇ ਕੇ ਗਏ ਨੇ ਪਾਕਿਸਤਾਨੀ ਮੁਦਰੇ ਦੇ ਨਾਲ। ਹਾਂਜੀ ਲਾ ਜੀ ਜੀ ਮੇਰੀ ਇੱਕ ਫਰਿਆਦ ਸੁਣਨਾ ਤੇਰਾ ਨਾਮ ਹੈ ਰੋਸ਼ਨ ਜਮੀਰ ਕਹਿੰਦੇ ਫੜ ਕੇ ਚੋਰਾਂ ਦੀ ਸ਼ਾਨ ਨੂੰ ਕਰੇ ਕੁਤਬ ਨਬੀ ਪਾਕ ਦਾ ਤੈਨੂੰ ਵਜ਼ੀਰ ਕਹਿੰਦੇ ਖਾਡੀ ਕਿਉਂ ਤੇਰੇ ਦਰੋਂ ਛੱਪੀ ਜਾਵੇ ਤੇਰਾ ਨਾਮ ਹੈ ਬੁੱਗਾ ਯਾਰ ਪੀਰ ਕਹਿੰਦੇ। ਸੋ ਬਹੁਤ ਅੱਛੇ ਤਰੀਕੇ ਦੇ ਨਾਲ ਇਸਲਾਨਾ ਉਸ ਮੇਲਾ ਮਨਾਇਆ ਜਾ ਰਿਹਾ ਸੰਗਤ ਦੇ ਸਹਿਯੋਗ ਦੇ ਨਾਲ ਸਾਰਿਆਂ ਹੀ ਤਮਾਮ ਜਿੰਨੀਆਂ ਵੀ ਅਜ਼ੀਜ਼ ਰੂਹਾਂ ਇਸ ਪਾਕ ਪਵਿੱਤਰ ਦਰਬਾਰ ਤੇ ਪਹੁੰਚੀਆਂ ਨੇ ਉਹਨਾਂ ਦੇ ਨਾਂ ਤੇ ਬਹੁਤ ਸਾਰੀ ਮਿਹਨਤ ਸਾਡੇ ਅਜ਼ੀਜ਼ ਵੀਰਾਂ ਵੱਲੋਂ ਭੈਣਾਂ ਵੱਲੋਂ ਮਾਤਾਵਾਂ ਵੱਲੋਂ ਬਿਹਤਰੀਨ ਐਂਟਰੀ ਦੇ ਨਾਲ ਬਹੁਤ ਅੱਛੇ ਤਰੀਕੇ ਦੇ ਨਾਲ ਹਾਜ਼ਰੀ ਦੇ ਰਹੇ ਨੇ ਸਾਡੇ ਡਾਂਸ ਕਲਾਕਾਰ। ਸੋ ਅਗਲੀ ਹਾਜ਼ਰੀ ਬਿਹਤਰੀਨ ਐਂਟਰੀ ਦੇ ਨਾਲ ਪੇਸ਼ ਕਰਾਈ ਹੈ ਜੀ ਇਸ ਕਲੱਬ ਦੇ ਹਨਹਾਰ ਕਲਾਕਾਰ ਮੈਡਮ ਵੀਰ ਜੀ। ਹਾਂਜੀ ਸੱਭਿਆਚਾਰ ਚੱਲੂਗਾ ਜੀ। ਸੋ ਜਿੱਦਾਂ ਜਿੱਦਾਂ ਤੁਹਾਡੀਆਂ ਫਰਮਾਇਸ਼ਾਂ ਹੋਈ ਜਾਣੀਆਂ ਉਸੇ ਤਰ੍ਹਾਂ ਹੀ ਹਾਜ਼ਰੀਆਂ ਹੋਈ ਜਾਣੀਆਂ ਜੀ। ਹਾਂਜੀ ਰੀਤ ਜੀ ਉਸ ਅੱਖ ਦਾ ਰਵੇ ਨਾ ਕੱਖ ਸ਼ਾਲਾ ਜਿਹੜੀ ਤੱਕ ਮੁਰਸ਼ਦ ਨੂੰ ਗੈਰ ਵੇਖੇ। ਉਸ ਅੱਖ ਦਾ PM. It's 9:35 PM. ਹਾਂਜੀ ਇਹ ਰੂਹਾਨੀ ਇੱਕ ਚਿਤਰਾਲ ਉਸ ਤੋਂ ਬਾਅਦ ਨਕਲ ਲਗਾਈ ਜਾਏਗੀ ਜੀ। ਇਹ ਨਕਲ ਦੀ ਫਰਮਾਇਸ਼ ਹੈ, ਪਹਿਲਾਂ ਰੂਹਾਨੀ ਕਿਉਂਕਿ ਮਾਨ ਸਾਹਿਬ ਦੇ ਗੀਤਾਂ ਦੀ ਫਰਮਾਇਸ਼ ਹੈ ਜ਼ਿਆਦਾ ਔਰ ਮਾਨ ਸਾਹਿਬ ਦੇ ਸੌਂਗਸ ਜਿਹੜੇ ਕਿ ਰੂਹਾਨੀ ਗੱਲਾਂ ਨੇ ਉਹਨਾਂ ਦੀ ਸ਼ਾਇਰੀ ਦੇ ਵਿੱਚ ਉਹਨਾਂ ਦੀ ਗੀਤਕਾਰੀ ਦੇ ਵਿੱਚ ਤਾਂ ਕਿ ਉਹ ਹਕੀਕੀ ਦੁਨੀਆ ਨੂੰ ਵੀ ਟੱਚ ਕਰਦੀਆਂ ਔਰ ਮਜਾਜੀ ਦੁਨੀਆਂ ਨੂੰ ਟੱਚ ਕਰਦੀਆਂ। ਹਾਂਜੀ ਮਾਨ ਸਾਹਿਬ ਦੇ ਕੁਝ ਸੌਂਗ ਪੰਜਾਬੀ ਰੂਹਾਨੀ ਜੀ ਔਰ ਉਸ ਤੋਂ ਬਾਅਦ ਨਕਲ ਲਗਾਈ ਜਾਏਗੀ ਸਾਡੇ ਕਮੇਡੀ ਕਲਾਕਾਰ ਅਮਿਤ ਜੀ। ਹਾਂਜੀ ਕਲਗੀਧਰ ਟਰਾਂਸਪੋਰਟ ਫਗਵਾੜਾ ਉਹਨਾਂ ਦੇ ਪੂਰੇ ਸਟਾਫ ਵੱਲੋਂ ਫਰਮਾਇਸ਼ ਹੈ ਇਸ ਚਿਤਰਾਰ ਆਈਟਮ ਤੋਂ ਬਾਅਦ ਇਹ ਇੱਕ ਨਕਲ ਲਗਾਈ ਜਾਵੇ ਔਰ ਸਾਡੇ ਕਲਾਕਾਰ ਨਕਲ ਲੈ ਕੇ ਆਉਣਗੇ ਆਪਸਰ ਦੇ ਦਰਮਿਆਨ।
ਜੱਟ ਸਿਵਿਆਂ ਚ ਲੱਗਿਆ ਚੜੇ ਟੱਕਰੀ ਸੱਜੀ ਉਹ ਡਾਊਨਲੋਡ ਕਰਨਾ ਪੈਣਾ ਸੌਂਗ ਜਦ ਤੱਕ ਕਮਲ ਜਦ ਤੱਕ ਸੌਂਗ ਕਰਨਾ ਡਾਊਨਲੋਡ ਸਿਵਿਆਂ ਚ ਲੰਘਿਆ ਚੜਿਆ ਟੱਕਰੀ ਇਹ ਫਰਮਾਇਸ਼ ਹੈ ਕਲਗੀਧਰ ਟਰਾਂਸਪੋਰਟ ਕੰਪਨੀ ਦੇ ਸਾਰੇ ਜਿੰਨੇ ਮੁਲਾਜ਼ਮ ਨੇ ਜਿੰਨੇ ਕਰਮਚਾਰੀ ਨੇ ਉਹਨਾਂ ਨੇ ਇਹ ਕੰਪਨੀ ਦੇ ਉਹਨਾਂ ਦੀ ਫਰਮਾਇਸ਼ ਹੈ ਉਹ ਮੈਨੂੰ ਲੱਗਦਾ ਵੀਰ ਜੀ ਚਲੇ ਤਾਂ ਨਹੀਂ ਗਏ ਕਿਉਂਕਿ ਡਾਊਨਲੋਡ ਕਰਨਾ ਸੀ ਬਣਾ ਜੱਟ ਫੋਰਡ ਡਾਇਰੈਕਟਰ ਵੇਚ ਰਿਹਾ ਹੈ
ਤੇ ਖੁਦ ਖੁਸ਼ੀਆਂ ਵੀ ਕਰਦਾ ਐ ਮੈਂ ਮੰਨਦਾ ਕੇ ਅੱਜ ਅੰਨਦਾਤਾ ਤੰਗ ਐ ਤੇ ਭੁੱਖਾ ਮਰਦਾ ਐ ਪਰ ਇੱਕ ਕੌਮ ਨਿਰਾਲੀ ਐ ਦਿਲ ਵਾਲੀ ਐ ਮਤ ਵਾਲੀ ਐ ਖੁਸ਼ ਹੋਵਣ ਦਾ ਇੱਕ ਵੀ ਮੌਕਾ ਹੱਥੋਂ ਜਾਣ ਨਾ ਦੇਂਦੀ ਖਾਲੀ ਐ ਸਿਵਿਆਂ ਚ ਲੰਘਿਆ ਚੜੇਲ ਟੱਕਰੀ ਜਾਣੀ ਬੜੀ ਸੋਹਣੀ ਭੂਤ ਵੀ ਮੇਲ ਟੱਕਰੀ ਜੱਟ ਸਿਵਿਆਂ ਚ ਲੰਘਿਆ ਚੜੇਲ ਟੱਕਰੀ ਜਾਣੀ ਬੜੀ ਸੋਹਣੀ ਭੂਤ ਵੀ ਮੇਲ ਟੱਕਰੀ ਕਹਿੰਦੀ ਟਰਾਂਸਪੋਰਟ ਹਾਂਜੀ ਫਰਮਾਇਸ਼ ਹੈ ਬਾਬਾ ਜੀ ਦੀ ਨਗੀਨਾ ਫਿਲਮ ਦਾ ਸੌਂਗ ਮੈਂ ਤੇਰੀ ਦੁਸ਼ਮਨ ਦੁਸ਼ਮਨ ਤੋਂ ਮੇਰਾ ਮੈਂ ਨਾ ਦਿੱਤੇ ਸਵੇਰਾ
ਡਾਇਰੈਕਟਰ ਹਰਮੇਸ਼ ਮਲਹੋਤਰਾ ਹੁਣ ਡਰਾਈਵਰਾਂ ਦੀ ਫਰਮਾਇਸ਼ ਹੈ ਮੁੰਡਾ ਕਰਦਾ ਕੈਨੇਡਾ ਚ ਡਰਾਈਵਰੀ ਕਿਉਂਕਿ ਡਰਾਈਵਰਾਂ ਦੀ ਫਰਮਾਇਸ਼ ਕਰ ਕੇ ਧਾਰ ਟਰਾਂਸਪੋਰਟ ਕੰਪਨੀ ਫਗਵਾੜਾ ਤੇ ਤਮਾਮ ਮੇਰੇ ਡਰਾਈਵਰ ਵੀਰ ਸਾਡੇ ਉਹਨਾਂ ਦੀ ਫਰਮਾਇਸ਼ ਕਿ ਕੁਝ ਡਰਾਈਵਰ ਵੀਰਾਂ ਦੀ ਇੱਕ ਫਰਮਾਇਸ਼ ਹੈ ਦੁਆਬਿਆਂ ਦੇ ਚੱਲ ਚੱਲੀਏ ਕੋਈ ਫਰਮਾਇਸ਼ ਪੂਰੀ ਕਰਾਂਗੇ ਨਵਾਂ ਲੈ ਲਿਆ ਟਰੱਕ ਤੇਰੀ ਯਾਰ ਨੇ ਬਾਬਿਆਂ ਚੱਲ ਚੱਲੀ ਕੋਈ ਟਰਾਂਸਪੋਰਟ ਕੰਪਨੀ ਦੇ ਗਾਣੇ ਆਪਾਂ ਲਾਵਾਂਗੇ ਦੋ ਚਾਰ ਪਹਿਲਾਂ ਹਾਂਜੀ ਪਾਣੀ ਪਹੁੰਚਾ ਦਿਓ ਜੀ ਇਹ ਸੇਵਾ ਨੂੰ ਬੇਨਤੀ ਹੈ
इसी तरह ही नाल नाल अच्छा है गैजे आओ जी अगली हाजरी सारे डांस कलाकार आओ जी पहुंचो जी स्टेज ते सो सेवादार नु बेनती है कि पानी पिला दे और नकल दी बहुत डिमांड आ रही काफी देर तो और वीरां दी फरमाइश भी आ रही कि ड्रैवला वीरां दे सॉन्ग हां जी लो जी हां जी एक सॉन्ग लगा लो ते उस तो बाद कॉमेडी है जी नकल बाबा जी की फरमाइश है कल की तरह नौजवान ट्रांसपोर्ट
चलो कितने तो जाती होगी क्योंकि रस्ते बहुत ने सो हाँ जी जी लोरिया की लोरिया गड़िया से सॉन्ग जरा लोरिया का रिवीज कर रहे हैं हाँ जी क्योंकि छोटे बच्चे बच्चा दुनिया है बच्चे आए बेटा और बहुत सारा मान सत्कार बाबा जी वालों साढ़े बहुत ही अजीब सत्कारियों हरविंदर सिंह जी बड़े उन्होंने वालों और साढ़े कलगीधर ट्रांसपोर्ट कंपनी फगवाड़ा के सारे ही मैंबर वालों बहुत सारा मान सत्कार किया गया
ਵਾਹ ਜੀ ਵਾਹ। ਹਾਂਜੀ ਬਾਬਾ ਜੀ ਬੱਚਿਆਂ ਲੈ ਕੇ ਆਓ, ਆਪਾਂ ਲੋਰੀਆਂ ਦੇਈਏ, ਬੱਚੇ ਲੈ ਕੇ ਆਓ। ਹਾਂਜੀ ਬੱਚੇ ਲੈ ਕੇ ਆਓ, ਲੋਰੀਆਂ ਦੇਈਏ ਆਪ ਬੱਚੇ ਨੂੰ। ਉਸ ਤੋਂ ਬਾਅਦ ਨਕਲ ਦੀ ਫਰਮਾਇਸ਼ ਹੈ ਕਿਉਂਕਿ ਨਕਲ ਲੇਟ ਹੋਈ ਜਾ ਰਹੀ ਹੈ। ਔਰ ਇਸ ਬੱਚੇ ਨੂੰ ਲੋਰੀਆਂ ਦਿੱਤੀਆਂ ਜਾਣਗੀਆਂ। ਇਹ ਆਡੀਓ ਬਿਲਕੁਲ ਰੈਡੀ ਹੈ ਔਰ ਸਾਡੇ ਜੀ। ਇਹ ਦਿੱਤੀਆਂ ਬੱਚੇ ਨੇ ਲੋਰੀਆਂ 1100 ਰੁਪਈਆ ਲੋਰੀਆਂ ਦਾ। ਸਾਜਨ ਹਰਸ਼ ਨਾਗਰਾ, ਪੀਵੀ ਬੱਤੀ 0।
ਤੇ ਉਹਨਾਂ ਨੂੰ ਬਹੁਤ ਸਾਰਾ ਮਾਣ ਸਤਿਕਾਰ ਕੀਤਾ ਗਿਆ ਸਾਡੀ ਪਾਰਟੀ ਨੂੰ। ਮੈਂ ਤਿਆਰ ਤੋਂ ਮਸ਼ਕੂਰ ਹਾਂ, ਬੜੀ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸੁਣ ਹੈਲੋ ਹੈਲੋ ਲਓ ਜੀ ਨਕਲ, ਹਾਂਜੀ ਨਕਲ ਸੁਣੋ ਜੀ ਨਕਲ ਛੋਟੀ ਜੀ। ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਹਾਜ਼ਰੀਆਂ ਹੋਊਗੀਆਂ ਜੀ। ਹਾਏ ਰੱਬਾ, ਸਵੇਰ ਤੋਂ ਸ਼ਾਮ ਹੋ ਗਈ, ਅੱਜ ਗੁੱਲੂ ਦਾ ਭਾਪਾ ਕਿਤੇ ਦਿਸਿਆ ਨੀ। ਸ਼ਾਇਦ ਡਰਾਈਵਰਾਂ ਨੂੰ ਪਤਾ ਹੋਣਾ, ਵਿੱਚ ਚੌਹਾਨ ਬੱਸ ਵਾਲੇ ਬੈਠੇ ਹੋਣੇ, ਧਾਰੀਵਾਲ ਵਾਲੇ ਬੈਠੇ ਵਿੱਚ। ਸੋਨੂ ਬਾਬਾ ਇਹ ਖਰਾ ਸੁਣਦਾ ਨੀ, ਪਤਾ ਨੀ ਖਰਿਆ ਚਾ ਚੁੱਕੀ ਵਾਲੀ ਠੇਕੇ ਦੇ ਨਾਲ ਬੈਠਾ ਹੋਵੇ। ਮੈਂ ਕਿ ਗੁੱਲੂ ਨੇ ਡੈਡੀ, ਹਾਂ ਹਾਂ ਸਾਂਝੀਏ, ਕੀ ਗੱਲ ਹੋ ਗਈ ਤੈਨੂੰ? ਵੀ ਆ ਜਾ ਬਿਮਾਰੀ ਪੈਣੇ ਆ, ਤੈਨੂੰ ਚੀਰਾ ਆ ਜਾ ਇੱਧਰ ਨੂੰ। ਇਹ ਮੇਰੀ ਗੱਲ ਸੁਣ, ਤੈਨੂੰ ਪਤਾ ਮੈਂ ਕਿੱਥੋਂ ਆਇਆ? ਤੈਨੂੰ ਕਿੱਥੋਂ ਆਇਆ? ਉੱਥੋਂ ਹੀ ਆਇਆ, ਉੱਥੋਂ ਹੀ। ਵੀ ਕਿੱਥੋਂ? ਉੱਥੋਂ ਆਇਆ, ਉੱਥੋਂ। ਵੀ ਕਿੱਥੋਂ? ਬਾਹਰੋਂ ਆਇਆ, ਬਾਹਰੋਂ। ਮਾਰੀ ਪੈਣਾ, ਬਾਹਰੋਂ ਆਇਆ। ਵੀ ਮੈਂ ਸਵੇਰ ਤੋਂ ਸ਼ਾਮ ਹੋ ਕੇ ਤੈਨੂੰ ਦੇਖਦੀ ਨੂੰ। ਆਹੋ, ਪਹਿਲਾਂ ਮੈਂ ਮਿੰਦੋ ਕੇ ਘਰ ਗਈ। ਅੱਛਾ, ਜਿੱਥੇ ਬੈਠ ਤੂੰ ਆਪਣੀ ਭਾਬੀ ਕੋ ਚਾਹ ਪੀਨਾ। ਲੈ ਤਾਂ ਦੱਸ, ਜਦ ਤੂੰ ਚਾਹ ਨੀ ਦੇਣੀ ਤੇ ਭਾਬੀ ਤੋਂ ਪੀਣੀ ਜਾ ਕੇ? ਮਾਰੀ ਪੈਣਾ, ਲੱਗੀ ਤੇਲ ਬੱਕਰੀ ਚ ਹੁਣ ਬਿਮਾਰੀ ਪੈਣੀ ਆ। ਇਹ ਤੈਨੂੰ ਪਤਾ ਮੈਂ ਬਾਹਰੋਂ ਆ ਗਿਆ, ਬਾਹਰੋਂ। ਵੀ ਬਾਹਰੋਂ? ਆਹੋ। ਵੀ ਕਿੱਥੋਂ ਆਇਆ? ਵੱਡੇ ਮੁਲਕ ਚੋਂ ਆਇਆ ਮੈਂ। ਬਾਹਰੋਂ ਆਇਆ? ਆਹੋ। ਵੀ ਦੁਬਈ ਤੋਂ ਆਇਆ ਹੋਣਾ। ਤੈਨੂੰ ਕਹਿੰਦਾ ਮੈਂ ਵੱਡੇ ਮੁਲਕ ਚੋਂ ਆਇਆ। ਮੈਂ ਕਿਹਾ ਅਮਰੀਕਾ ਤੋਂ ਆਇਆ ਹੋਣਾ। ਇਹ ਨਹੀਂ, ਉੱਥੋਂ ਵੀ ਵੱਡੇ ਮੁਲਕ ਚੋਂ ਆਇਆ। ਮੈਂ ਕਿਹਾ ਆਸਟ੍ਰੇਲੀਆ ਤੋਂ ਆਇਆ ਹੋਣਾ। ਉੱਥੋਂ ਹੀ ਆਇਆ ਜਿੱਥੋਂ ਸਾਰੇ ਆਉਂਦੇ ਸਵੇਰੇ ਸਵੇਰੇ। ਵੀ ਕਿੱਥੋਂ ਆਇਆ ਨਾ ਵੀ ਪਤਾ ਹੋਵੇ? ਆ ਪਿੱਛੇ ਟੱਟੀ ਬਹਿ ਕੇ ਆਇਆ ਮੈਂ। ਹੱਥ ਧੋ ਕੇ ਆ। ਤੇ ਉਹ ਵੀ ਤਾਂ ਬਾਹਰ ਹੀ ਹੁੰਦਾ ਆ। ਵੀ ਹੱਥ ਧੋ ਕੇ ਆ। ਇਹ ਧੋਤੇ ਆ, ਉਹੀ ਤੇ ਪਾਸਪੋਰਟ ਹੁੰਦਾ ਪਾਣੀ ਵਾਲਾ ਡੱਬਾ। ਮਾਰੀ ਪੈਣਾ ਨਾ ਹੋਵੇ ਤਾਂ। ਇਹ ਮੈਂ ਸੱਚੀ ਬਾਹਰੋਂ ਆ ਗਿਆ। ਇਹਨਾਂ ਦੇ ਪਾਸਪੋਰਟ ਚੇਂਜ ਆ। ਅੱਛਾ, ਆਹੋ ਇਹਨਾਂ ਦੇ ਚੇਂਜ ਆ। ਸਾਡੇ ਉਹ ਹੀ ਆ। ਫੈਕਟਰੀ ਦੇ ਨੇੜੇ ਜਾ ਕੇ ਦੇਖੀ, ਦੋ ਇੱਟਾਂ ਰੱਖ ਕੇ ਜਿੱਥੇ ਮਰਜ਼ੀ ਬਹਿ ਜਾਂਦੇ। ਇਹਨਾਂ ਦੇ ਪਾਸਪੋਰਟ ਹੋ ਰਹੀ ਆ। ਇਹਨਾਂ ਦੇ ਕਿਹੜੇ ਆ? ਇਹਨਾਂ ਦੇ ਹੋ ਰਹੀ ਆ ਪਾਸਪੋਰਟ। ਕਿਹੜੇ? ਜੇ ਇੱਕ ਫੈਕਟਰੀ ਕੋਲ ਜਾ ਕੇ ਦੇਖੀ, ਜੇ ਸੀ ਡੀ ਮਹਿਲ ਕੋਲ, ਨਹੀਂ ਤਾਂ ਸ਼ੂਗਰ ਮਹਿਲ ਕੋਲ। ਅੱਛਾ, ਜਿੰਨੇ ਵੀ ਇਹ ਲੱਗੇ ਸਵੇਰ ਨੂੰ ਬੋਤਲ ਜਾ ਕੇ ਤੁਰੇ ਹੁੰਦੇ ਆ। ਉੱਥੇ ਜਾਂਦੇ ਹਨਾ ਸਾਰੇ? ਸਾਰੇ ਬੋਤਲ ਜਾ ਕੇ ਤੁਰੇ ਹੁੰਦੇ। ਤੂੰ ਵੀ ਕਿਸੇ ਦਿਨ ਬੋਤਲ ਜਾ ਕੇ ਆ ਜੀ। ਇਹ ਮੈਂ ਕਿਹਾ ਮੇਰੀ ਗੱਲ ਸੁਣ ਸਾਡੀ। ਮੈਂ ਦੱਸ, ਮੈਂ ਆਇਆ ਬਾਹਰੋਂ, ਮੇਰੇ ਕੋਲ ਮਾਇਆ ਬਹੁਤ ਆ। ਮੈਂ ਕਿ ਤੇਰੇ ਕੋਲ ਮਾਇਆ ਵਾ? ਆਹੋ। ਵੀ ਕਿੰਨੀ ਕਮਾਇਆ? ਨਾਲੇ ਮੇਰੇ ਹੋਇਆ ਮੁੰਡਾ। ਵੀ ਤੇਰੇ ਮੁੰਡਾ ਹੋਇਆ? ਓਹੋ, ਮੇਰੀ ਘਰ ਵਾਲੀ ਦੇ ਹੋਇਆ। ਮੈਂ ਤਾਂ ਸੋਚ ਚੱਜ ਪੈ ਗਈ। ਇਹ ਆ ਮੇਰੀ ਘਰ ਵਾਲੀ ਦੇ ਮੁੰਡਾ ਹੋਇਆ। ਅੱਛਾ, ਤੇਰੇ ਘਰ ਵਿੱਚ ਮੁੰਡਾ ਹੋਇਆ? ਇੱਥੇ ਨੀ? ਇਹ ਤਾਂ ਵਧਾਈਆਂ ਹੋ ਗਈਆਂ। ਇਹ ਆਹੋ, ਮੈਂ ਕਿਹਾ ਪਾਰਟੀ ਹੋ ਗਈ। ਤੈਨੂੰ ਪਤਾ ਮੈਂ ਸੀ ਬਾਹਰ ਸੱਤ ਸਮੁੰਦਰ ਪਾਰ। ਸੱਤ ਸਮੁੰਦਰ ਪਾਰ? ਆਹੋ, ਮੇਰੇ ਮਗਰੋਂ ਹੋਇਆ ਮੇਰੀ ਘਰ ਵਾਲੀ ਦੇ ਕਾਕਾ। ਮਾਰੀ ਪੈਣਾ, ਦੱਸ ਤਾਂ ਭਲਾ ਹੋ ਨੀ ਸਕਦਾ? ਵੀ ਕਿੰਨੇ ਚਿਰ ਬਾਅਦ ਆਇਆ? ਪੁੱਛ ਕਾਕਾ ਕਿੱਦਾਂ ਹੋਇਆ। ਕਿੱਦਾਂ ਹੋਇਆ? ਆ ਮੇਰੇ ਡਰਾਈਵਰ ਵੀਰਾਂ ਦੀ ਮਿਹਰਬਾਨੀ ਨਾਲ। ਲੈ ਤਾਂ ਦੱਸ, ਤੂੰ ਗਲਤ ਸਮਝ ਜਾਣੀ ਆ। ਅੱਛਾ, ਇਹਨਾਂ ਦਾ ਖਵਾਲੀ ਦਿੱਤੀ ਹੋਣੀ ਆ। ਇਹਨਾਂ ਨੇ ਮੈਨੂੰ ਦੱਸਿਆ। ਅੱਛਾ, ਕਹਿੰਦਾ ਤੇਰੇ ਮਗਰੋਂ ਤੇਰੀ ਘਰ ਵਾਲੀ ਨੂੰ ਲੱਗੀਆਂ ਦਰਦਾਂ ਇਹਨੂੰ। ਅੱਛਾ, ਦਰਦਾਂ ਲੱਗ ਗਈਆਂ ਇਹਨਾਂ ਨੇ? ਘਰ ਵਾਲੀ ਹੱਥੋਂ ਹੱਥੀ ਚੱਕੀ। ਅੱਛਾ, ਹੱਥੋਂ ਹੱਥੀ ਚੱਕੀ, ਚੱਕ ਕੇ ਗੱਡੀ ਦੇ ਵਿੱਚ ਸੱਟ ਲਈ। ਅੱਛਾ, ਬੱਸ ਦੇ ਵਿੱਚ ਪਾ ਲਈ। ਅੱਛਾ, ਘਰ ਵਾਲੀ ਦਾ ਇਹਦਾ ਵੱਡਾ ਆਪਰੇਸ਼ਨ ਹੋਇਆ। ਅੱਛਾ, ਵੱਡਾ ਹੋਇਆ? ਆਹੋ। ਕਾਹਦੀ? ਇਹ ਘਰ ਵਾਲੀ ਟਾਲ ਤੇ ਲੈ ਗਏ। ਮੇਰੀ ਗੱਲ ਸੁਣ। ਅੱਛਾ, ਮੈਨੂੰ ਖੁਸ਼ੀ ਬਹੁਤ ਆ। ਬਿਮਾਰੀ ਪੈਣੀਆਂ ਖੁਸ਼ੀ ਬਹੁਤ ਆ ਘਰ ਵਾਲੀ ਦੀ। ਖੁਸ਼ੀ ਪਾਰਟੀ ਹੋ ਗਈ ਫੇਰ? ਪਾਰਟੀ ਕਰਨੀ ਆ। ਪਾਰਟੀ ਕਰਨੀ ਆ? ਅੱਠ ਦਿਨ ਹੋ ਗਏ। ਅੱਠ ਦਿਨ? ਅੱਠ ਦਿਨ ਖੁਸ਼ੀ ਹੁੰਦੀ ਨੂੰ? ਪਾਰਟੀ ਚੱਲਦੀ ਨੂੰ? ਅੱਛਾ, ਪਾਰਟੀ ਚੱਲਦੀ ਨੂੰ? ਆਹੋ। ਤੂੰ ਖੁਸ਼ੀਆਂ ਹੁੰਦੀਆਂ ਨੂੰ? ਖੁਸ਼ੀਆਂ ਵੀ ਮਨਾਈ ਜਾਂਦੇ ਆ। ਅੱਛਾ, ਖੁਸ਼ੀਆਂ ਮਨਾਈ ਜਾਂਦੇ ਆ। ਖਾਣ ਪੀਣ ਵੀ ਕਰੀ ਜਾਂਦੇ ਆ। ਖਾਣ ਪੀਣ ਵੀ ਕਰੀ ਜਾਂਦੇ ਆ। ਲੈ ਦੱਸ, ਖਾਣ ਪੀਣ ਉਹ ਖੁੱਲਾ ਕੀਤਾ ਅਸੀਂ? ਵੀ ਕੀ ਸੀਗਾ? ਮੈਂ ਕਿਹਾ ਅਸੀਂ ਖਾਣ ਪੀਣ ਬਾਹਲਾ ਹੀ ਖੁੱਲਾ ਕੀਤਾ। ਮੈਂ ਕਿਹਾ ਕਿਹੜਾ ਕਿਹੜਾ ਸੀਗਾ? ਮੈਂ ਕਿਹਾ ਮੀਟ ਬਹੁਤ ਪਾਇਆ ਅਸੀਂ। ਮੀਟ ਬਹੁਤ ਪਾਇਆ? ਸੱਚੀ? ਅੱਛਾ, ਮਿੱਠਾ ਬਹੁਤ ਪਾਇਆ। ਹੋਰ ਕੀ ਸੀ? ਰਸਗੁੱਲੇ ਬਹੁਤ ਪਾਏ। ਅੱਛਾ, ਰਸਗੁੱਲੇ ਬਹੁਤ ਪਾਏ। ਗੁਲਾਬ ਜਾਮਣਾ ਬਹੁਤ ਪਾਈਆਂ। ਵੀ ਅੱਛਾ, ਇਹ ਤਾਂ ਹੋ ਗਿਆ। ਆਹੋ, ਡਰਾਈਵਰਾਂ ਵਾਲੀ ਖੁਰਾਕ ਸੀਗੀ ਕਿ ਨਹੀਂ? ਆਹੋ, ਬੇਸਣ ਵੀ ਮੈਂ ਪਾਇਆ ਸੀਗਾ। ਇਹ ਨੀ ਖੁਰਾਕ ਹੈਗੀ ਉਹਨਾਂ ਦੀ? ਉਹ ਜਿਹੜੇ ਗੋਲ ਗੋਲ ਜਿਹੇ ਹੁੰਦੇ ਆ ਗੁਲਾਬ ਜਾਮਣ? ਨਹੀਂ, ਉਹ ਜਿਹੜੇ ਗੋਲ ਗੋਲ, ਉਹਨਾਂ ਨੂੰ ਪੁੱਛ ਲੱਗਿਆ ਹੁੰਦੇ ਉਹਨਾਂ ਨੇ ਕਿਹੜੀ ਖੁਰਾਕ ਆ? ਤੂੰ ਖੁਰਾ ਕੇ ਆਉਂਦੀ ਹੋਣੀ ਉਹਨਾਂ? ਮਾਰੀ ਭੈਣੇ, ਇਹ ਮੇਰੀ ਗੱਲ ਸੁਣ। ਸਵੇਰ ਨੂੰ ਸਾਜੇ ਉੱਠ ਕੇ ਕਾਰਡ ਲਾਉਂਦੇ ਅਗਲੇ। ਮੈਂ ਕਿਹਾ ਚਾਈਨਾ ਦਾ ਮੀਟ ਪਾਇਆ ਮੈਂ ਪਾਰਟੀ 'ਚ। ਅਸੀਂ ਨਕਲਾਂ ਲਈ ਛੁਪਾਏ ਹੁੰਦੇ ਆ, ਇਸ ਕੰਮ ਲਈ ਵਰਤਦੇ ਆ। ਇਹ
ਚਾਈਨਾ ਦਾ ਮੀਟ ਪਾਇਆ ਚਾਈਨਾ ਦਾ ਮੀਟ ਆਹੋ ਫੇਰ ਕਿਹੜੀ ਨਵੀਂ ਵੈਰਾਈਟੀ ਆ ਗਈ ਲੈ ਦੱਸ ਚੰਦ ਚਾਈਨਾ ਦੇ ਡਾਂਸਰ ਆ ਸਕਦੇ ਤੇ ਮੀਟ ਨਹੀਂ ਆ ਸਕਦਾ ਚਾਈਨਾ ਦਾ ਮੀਟ ਪਤਾ ਕੀ ਪਾਇਆ ਵੀ ਕੀ ਪਾਇਆ ਚਾਰ ਪੰਜ ਸੌ ਕੁੱਤਾ ਵੱਢਿਆ ਮੈਂ ਲੈ ਤਾਂ ਦੱਸ ਏਦਾਂ ਦਾ ਵੀਰ ਖਾਵੇ ਭਾਨੂੰ ਭੌਂਕਦਾ ਹੀ ਜਾਵੇ ਆਸ਼ੂ ਜਿਦਾਂ ਦੇ ਤੂੰ ਨਾਂ ਰੱਖੇ ਆ ਅੱਛਾ ਏਦਾਂ ਦੇ ਅਸੀਂ ਕੁੱਤੀਆਂ ਦੇ ਨਾਂ ਰੱਖੇ ਆ ਕੁੜੀਆਂ ਬਿਮਾਰੀ ਪੈਣਾ ਮੇਰੀਆਂ ਤੇਰੀਆਂ ਕੁੜੀਆਂ ਕੁੜੀਆਂ ਇੱਥੇ ਆ ਨੀ ਇੱਥੇ ਹਰੇ ਆ ਗਈਆਂ ਇਹ ਵੀ ਤੇਰੀ ਕੁੜੀ ਆ ਹਾਏ ਹਾਏ ਇਹ ਗੱਲ ਸੁਣ ਇਹਦਾ ਦੱਸ ਕੀ ਹੋਇਆ ਆ ਤੇਰੀ ਕੁੜੀ ਆ ਮੈਂ ਕਿਹਾ ਮੇਰੀ ਕੁੜੀ ਆ ਸਾਡੀ ਜਲੇਬੀਆਂ ਕੱਢਣ ਲੱਗੀ ਕੁੜੀਆਂ ਗੂਗਲ ਤੋਂ ਡਾਊਨਲੋਡ ਕੀਤੀਆਂ ਇਹ ਜੇ ਤੂੰ ਓਦਾਂ ਤੇ ਵੈਸੇ ਵੀ ਹਲੇ ਓਦਾਂ ਹੀ ਆ ਅਗਲੀ ਹਾਜ਼ਰੀ ਬਿਹਤਰੀਨ ਐਂਟਰੀ ਦੇ ਨਾਲ ਮਨਾਜ਼ ਅਦਾਕਾਰ ਰੰਗਾ ਰੰਗ ਹਾਜ਼ਰੀਆਂ ਸੋ ਹਾਂਜੀ ਕਰੋ ਪਲੇ ਜੀ ਹਾਂਜੀ ਆਈਟਮ ਪਸੰਦ ਆ ਕੇ ਜ਼ੋਰਦਾਰ ਤਾੜੀਆਂ ਵਜਾ ਦਿਓ ਜਸ਼ਮੇ ਮੁਹੱਬਤਾਂ ਦੇ ਵਗਦੇ ਰਾਤੀ ਮਿੱਠੇ ਮਿੱਠੇ ਸੁਪਨੇ ਵੀ ਰੰਗ ਰੋਜ਼ ਗਾਰਡਨ ਦਾ ਹੋਰ ਗੂੜਾ ਹੋ ਗਿਆ
ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ ਪਾਣੀ ਪਿਆਰ ਵਾਲਾ ਪੱਤੀਆਂ ਨੂੰ ਧੋ ਗਿਆ ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ ਨਾ ਗੱਲ ਲਾਈ ਨਾ ਉਦੋਂ ਦੀ ਕੰਗੀ ਵਾਈ ਨਾ ਲਾਈ ਨਾ ਉਦੋਂ ਦੀ ਕੰਗੀ ਵਾਈ ਨਾ ਹੀ ਦੱਸ ਹੁੰਦੀ ਜਾਂਦੀ ਵੀ ਛੁਪਾਈ ਨਾ ਕਹੀ ਨੈਣਾ ਨੇ ਸਮਝ ਉਹਨੂੰ ਗੱਲ ਤੁਮੇ ਦਿਲ ਲਗੀ ਬਹੁਤ ਖੂਬ ਜਿਹੜੀ ਕਿ ਹਾਜ਼ਰ ਗਵਾਈ ਸਾਡੇ ਗਰੁੱਪ ਦੀ ਬਿਹਤਰੀਨ ਅਦਾਕਾਰਾ ਹੋਈ ਔਰ ਇੱਕ ਫਰਮਾਇਸ਼ ਹੈ ਦੁਬਾਰਾ ਫੇਰ ਕਵਾਲੀ ਦੀ ਫਰਮਾਇਸ਼ ਹੈ ਅੱਖਾਂ ਮੇਰੀ ਮੁਰਸ਼ਦ ਨਾਲ ਲੜੀਆਂ ਨੇ ਕਿਉਂਕਿ ਹਰ ਗੱਲ ਦਾ ਸਿਲਸਿਲਾ ਜਿਹੜਾ ਅੱਖਾਂ ਤੋਂ ਸ਼ੁਰੂ ਹੁੰਦਾ ਅੱਖਾਂ ਦੇਖਦੀਆਂ ਔਰ ਅੱਖਾਂ ਦੇਖਣ ਤੋਂ ਬਾਅਦ ਅੰਦਰ ਤੱਕ ਕੀ ਕੁਝ ਜਾਂਦਾ ਜ਼ਹਿਨ ਤੱਕ ਗੱਲ ਪਹੁੰਚਦੀ ਹੈ ਦਿਲ ਤੱਕ ਗੱਲ ਪਹੁੰਚਦੀ ਹੈ ਔਰ ਚੰਗੀ ਹੋਵੇ ਚਾਹੇ ਮੰਦੀ ਹੋਵੇ ਚਾਹੇ ਵਧੀਆ ਹੋਵੇ ਇਹ ਗੱਲ ਅੱਖਾਂ ਤੋਂ ਹੀ ਸ਼ੁਰੂ ਹੁੰਦੀ ਕਿਉਂਕਿ ਜੋ ਅੱਖਾਂ ਦੇਖਦੀਆਂ ਨੇ ਉਹੀ ਦਿਲ ਤੱਕ ਗੱਲ ਪਹੁੰਚਦੀ ਹੈ ਔਰ ਅੱਖਾਂ ਅਗਰ ਆਪਣੇ ਮੁਰਸ਼ਦ ਨੂੰ ਦੇਖਣ ਤੇ ਮੁਰਸ਼ਦ ਦਾ ਚਿਹਰਾ ਮੁਰਸ਼ਦ ਦਾ ਸੋਹਣਾ ਮੁਖੜਾ ਮਨ ਦੇ ਵਿੱਚ ਜ਼ਹਿਨ ਵਿੱਚ ਉਤਰਦਾ ਹੈ ਔਰ ਸੱਚਾ ਸੇਵਕ ਸੱਚਾ ਮੁਰੀਦ ਉਹੀ ਗੱਲ ਚਾਹੁੰਦੇ ਕਿ ਮੇਰੇ ਅੱਖਾਂ ਸਾਹਮਣੇ ਮੇਰੇ ਗੁਰੂ ਤਸਵੀਰ ਰਹੇ ਮੇਰੇ ਮੁਰਸ਼ਦ ਦੀ ਤਸਵੀਰ ਰਹੇ ਤਾਂ ਕਿ ਮੈਂ ਹਰ ਵੇਲੇ ਆਪਣੇ ਮੁਰਸ਼ਦ ਦਾ ਦੀਦਾਰ ਕਰ ਸਕਾਂ
ਆਓ ਅੱਖਾਂ ਮੇਰੀਆਂ ਮੁਰਸ਼ਦਾਂ ਲੜੀਆਂ ਦੀ ਇੱਕ ਵੇਲ ਹੈ। ਹਾਂਜੀ ਬਹੁਤ ਸਿਹਰ ਮੈਂ ਮੈਚ ਜੀ, ਹਾਂਜੀ ਬਹੁਤ ਸਿਹਰ ਮੈਂ ਮੈਚ ਜੀ, ਸਾਡੀ ਪਾਰਟੀ ਦਾ ਮਾਣ ਕਰ ਰਹੇ ਨੇ ਅਰਸ਼ ਨਾਗਰਾ 751 ਸਾਡੀ ਪਾਰਟੀ ਦਾ ਮਾਣ ਕਰ ਰਹੇ ਨੇ। ਬਹੁਤ ਸਾਰੀ ਮੰਦ ਮੈਚ ਜੀ ਸਾਡੇ ਦਾਨੀ ਸੱਜਣ ਦੀਪੂ ਟੱਲੀ, ਦੀਪੂ ਟੱਲੀ ਦੇ ਨਾਮ ਤੇ ਬਹੁਤ ਸਾਰੀ ਮੰਦ ਮੈਚ ਜੀ, ਬਾਬਾ ਜੀ ਦੇ ਨਾਮ ਤੇ ਬਹੁਤ ਸਾਰੀ ਮੰਦ ਮੈਚ ਜੀ, ਸਰਕਾਰ ਦਾ ਮੇਲਾ ਹੋ ਰਿਹਾ ਜੀ, ਗੁੱਗਾ ਯਾਰ ਪੀਰ ਜੀ ਦੇ ਨਾਮ ਤੇ ਬਹੁਤ ਸਾਰੀ ਮੰਦ ਮੈਚ ਜੀ। ਸੋ ਇਸੇ ਤਰ੍ਹਾਂ ਹੀ ਚਿਤਰਾਲ ਅੱਖਾਂ ਮੇਰੀਆਂ ਮੁਰਸ਼ਦਾਂ ਲੜੀਆਂ ਨੇ ਲੈ ਕੇ ਆ ਰਹੀਆਂ ਬਿਹਤਰੀਨ ਅਦਾਕਾਰਾ ਪੰਜਾਬੀ ਵਿਰਸਨ ਕਾਲ ਪਾਰਟੀ ਦੀ ਬੈਸਟ ਘਰ ਮਿਰਮਿਰਾਤ ਮੈਡਮ ਰੀਤ। ਨੇਕੀ ਅੱਖ ਵਿੱਚ ਸਵਾਬ, ਅੱਖ ਵਿੱਚ ਗੁਨਾਹ, ਅੱਖ ਵਿੱਚ ਹਯਾ, ਅੱਖ ਵਿੱਚ ਇਹਨਾਂ ਆਸ਼ਕਾਂ ਦੇ ਨੈਣ ਮੁਸੀਬਤ ਸਹਿਣ ਬਣ ਬਣ ਪੈ, ਇਹਨਾਂ ਆਸ਼ਕਾਂ ਦੇ ਨੈਣ ਸੁੱਖ ਪਾਇਆ ਕਦੇ ਕਿਸੇ ਲਾ ਕੇ ਅੱਖੀਆਂ, ਚੰਗੇ ਰਹਿੰਦੇ ਜਿਹੜੇ ਰੱਖਦੇ ਬਚਾ ਕੇ ਅੱਖੀਆਂ। ਹਜ਼ੂਰ ਜਿਹੜੇ ਮੁਨਕਰ ਹੋ ਜਾਂਦੇ ਨੇ ਆਪਣੇ ਮੁਰਸ਼ਦ ਤੋਂ, ਬੇਮੁਕਰਾਂ ਨੂੰ ਲੱਗਣ ਜਨਮ ਵਿਜੋਗ, ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ। ਸ਼ਾਇਰ ਕੀ ਲਿਖ ਰਿਹਾ, ਉਸ ਅੱਖ ਦਾ ਰਵੇ ਨਾ ਕਖਸ਼ਾਲਾ, ਉਸ ਅੱਖ ਦਾ ਰਵੇ ਨਾ ਕਖਸ਼ਾਲਾ, ਜਿਹੜੀ ਤੱਕ ਮੁਰਸ਼ਦ ਨੂੰ ਗੈਰ ਵੇਖੇ, ਉਸ ਅੱਖ ਦਾ ਰਵੇ ਨਾ ਕਖਸ਼ਾਲਾ, ਜਿਹੜੀ ਤੱਕ ਮੁਰਸ਼ਦ ਗੈਰ ਵੇਖੇ, ਦਿਲ ਮੁਕਦੀ ਹਸਰਤ ਸੋਹਣੇ ਪੀਰ ਦੇ ਨੈਣ ਵੇਖੇ, ਉਹ ਅੱਖਾਂ ਮੇਰੀਆਂ, ਉਹ ਅੱਖਾਂ ਮੇਰੀਆਂ, ਉਹ ਅੱਖਾਂ ਮੇਰੀਆਂ, ਮੁਰਸ਼ਦ ਨਾਲ ਲੜੀਆਂ ਨੀ ਅੱਖਾਂ ਮੇਰੀਆਂ, ਮੁਰਸ਼ਦ ਨਾਲ ਲੜੀਆਂ ਨੀ ਅੱਖਾਂ ਮੇਰੀਆਂ, ਲਾਡੀ ਸ਼ਾਹ ਨਾਲ ਲੜੀਆਂ ਨੀ ਅੱਖਾਂ ਮੇਰੀਆਂ, ਲਾਡੀ ਸ਼ਾਹ ਨਾਲ ਲੜੀਆਂ ਨੀ ਅੱਖਾਂ ਮੇਰੀਆਂ, ਗੁਲਾਂ ਦੀ ਸ਼ਾਹ ਅੱਖਾਂ ਮੇਰੀਆਂ, ਲਾਡੀ ਸ਼ਾਹ ਨਾਲ ਲੜੀਆਂ ਨੀ ਅੱਖਾਂ ਮੇਰੀਆਂ, ਗੁਲਾਂ
Party.
ਘੋੜੇ ਦੀ ਬਰਾਤ ਚੜ੍ਹੀ ਗੱਜ ਵੱਜ ਗਈ। ਲਓ ਜੀ ਹੁਣ ਸਾਡੇ ਵੱਲੋਂ ਲਾਸਟ ਕਲਾਮ ਹੋਊਗਾ। ਕਹਿੰਦੇ ਸ਼ਿਵ ਸ਼ੰਕਰ ਡਮਰੂ ਵਾਲੇ ਮੇਰਾ ਸਹਾਰਾ ਦੋਵੇਂ, ਲੋਕਾਂ ਦੇ ਲੱਖਾਂ ਸਹਾਰੇ ਮੇਰਾ ਸਹਾਰਾ ਦੋਵੇਂ। ਆ ਫਿਰ ਲਾਸਟ ਹਾਜ਼ਰੀ ਹੈ ਜੀ ਸਾਡੇ ਵੱਲੋਂ, ਤੁਹਾਡੇ ਤੋਂ ਇਜਾਜ਼ਤ ਲੈ ਲੈਣੀ ਹੈ ਜਕਾਰਾ ਜੀ। ਇਸ ਦੇ ਨਾਲ ਇਜਾਜ਼ਤ, ਪੰਜਾਬੀ ਵਿਰਸਾ ਅਕਾਲ ਪਾਰਟੀ ਫਗਵਾੜਾ ਹਮੇਸ਼ਾ ਯਾਦ ਰੱਖੋ।
ਕਿਉਂਕਿ ਹੁਣ ਭਰਿਆ ਮੇਲਾ ਛੱਡਣਾ ਚਾਹੀਦਾ ਹੈ ਪੰਜਾਬੀ।